भाई साहब भाई हरदीप सिंह ग्रंथ सिंह से जो अपनी रोजी रोटी का गुरुद्वारा से काम करते सी रात अचनचेत जो हादसा होया आ जो बहुत ही भयानक आ जो इको कमरा से रहने वाला ਤੇ ਪਤਾ ਨਹੀਂ ਕੀ ਹੋਇਆ ਸੀ ਕਿ ਇਸ ਤਰ੍ਹਾਂ ਫਸਿਆ ਸਾਹਿਬ ਮੱਥਾ ਟੇਕਣ ਗਏ ਸੀ ਜੀ ਆਉਂਦਿਆਂ ਨੂੰ ਸਾਡੇ ਸਿਰ ਤੇ ਜਿਹੜੀ ਛੱਤ ਸੀ ਉਹ ਵੀ ਢਹਿ ਗਈ ਜਿੰਨਾ ਸਮਾਨ ਸੀ ਸਾਡਾ ਕੋਈ ਗਹਿਣਾ ਘੱਟਾ ਜੁੜਿਆ ਹੋਇਆ ਸੀ ਉਹ ਵੀ ਸਾਰਾ ਕੁਛ ਫੁੱਕੇ ਪਿੰਡ ਪੰਡਰਾਲੀ ਵਿਖੇ ਮੈਂ ਗ੍ਰੰਥ ਸਿੰਘ ਦੀ ਡਿਊਟੀ ਕਰਦਾ 5000 ਰੁਪਏ ਮੇਰੀ ਤਨਖਾਹ ਹੈ ਚਾਹ ਮਾੜਾ ਮਾੜਾ ਵਹੀਕਲ ਸੀਗਾ ਉਹ ਵੇਚਿਆ ਸੀ ਉਹਦੀ ਮਾਇਆ ਵੀ ਉੱਥੇ ਰੱਖੀ ਸੀ ਸਾਹਮਣੇ ਅਤੇ ਉਹ ਸੜ ਕੇ ਸਵਾਹ ਹੋ ਗਈ ਆ ਅੱਗ ਭੱਗ ਬਾਬਾ ਜੀ ਕਿੰਨੀ ਕੁ ਮਾਇਆ ਸੀਗੀ ਜੀ ਉਹ ਗੱਡੀ ਦੀ 1.5 ਲੱਖ ਰੁਪਇਆ ਸੀਗਾ ਜੀ ਇੰਨਾ ਭਿਆਨਕ ਹਾਦਸਾ ਹੋਇਆ ਗਾਡਰ ਵੀ ਵਿੰਗੇ ਹੋ ਗਏ ਅੱਜ ਆਪਾਂ ਸਾਰੇ ਹੀ ਪਾਠੀ ਸਿੰਘ ਹੋਰ ਅਰਦਾਸਾਂ ਕਰਿਆ ਕੈਨੇਡਾ ਅਮਰੀਕਾ ਇੰਗਲੈਂਡ ਜਾਂਦੇ ਹਾਂ ਨਾ ਅੱਜ ਤੁਸੀਂ ਪਾਠੀ ਸਿੰਘਾਂ ਦੀ ਵੀ ਬਾਤ ਪੁੱਛੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਪਿੰਡ ਅਤਾਪੁਰ ਦੇ ਵਿੱਚ ਪਹੁੰਚਿਆ ਜੀ ਉਰੇ ਬਹੁਤ ਭਿਆਨਕ ਅੱਗ ਲੱਗੀ ਹੈ ਜੀ ਅਤੇ ਬਾਬਾ ਜੀ ਖੜ੍ਹੇ ਨੇ ਬਾਬਾ ਜੀ ਦੱਸਣੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਕੀ ਗੱਲ ਹੋ ਗਈ ਜੀ ਜੀ ਕੋਈ ਸ਼ਾਰਟ ਸਰਕਟ ਹੋਇਆ ਤੇ ਅੱਛਾ ਜੀ ਅਤੇ ਪਤਾ ਨਹੀਂ ਕੀ ਹੋਇਆ ਸੀ ਕਿ ਇਹਨੇ ਇਸ ਤਰ੍ਹਾਂ ਫਸਿਆ ਸਾਹਿਬ ਮੱਥਾ ਟੇਕਣ ਗਏ ਸੀ ਜੀ ਅੱਛਾ ਜੀ ਆਉਂਦਿਆਂ ਨੂੰ ਸਾਡੇ ਸਿਰ ਤੇ ਜਿਹੜੀ ਛੱਤ ਸੀ ਉਹ ਵੀ ਢਹਿ ਗਈ ਜਿੰਨਾ ਸਮਾਨ ਸੀ ਸਾਡਾ ਹਾਂਜੀ ਹਾਂਜੀ ਕੋਈ ਗਹਿਣਾ ਘੱਟਾ ਜੁੜਿਆ ਹੋਇਆ ਸੀ ਉਹ ਵੀ ਸਾਰਾ ਕੁਛ ਫੁੱਕ ਗਏ ਤੇ ਬਾਬਾ ਜੀ ਇੱਕੋ ਕਮਰਾ ਸੀ ਆਪਣੇ ਰਹਿਣ ਵਾਸਤੇ ਜੀ ਇੱਕੋ ਕਮਰਾ ਸੀ ਜੀ ਉਹ ਵੀ ਗਾਰਡਨ ਵਾਲੇ ਪਏ ਹੋਏ ਸੀ ਹਾਂਜੀ ਹਾਂ ਦਿਖ ਰਹੇ ਨੇ ਬਾਬਾ ਜੀ ਵਾਹਿਗੁਰੂ 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 ਕੋਈ ਨਾ ਬਾਬਾ ਜੀ ਤੁਸੀਂ ਮਨ ਹੌਲਾ ਨਾ ਕਰੋ ਕੋਈ ਗੱਲ ਨਹੀਂ ਦੁਨੀਆ ਬਹੁਤ ਦਾਨੀ ਬੈਠੀ ਹੈ ਜੀ ਠੀਕ ਹੈ ਕਿ ਨਹੀਂ ਜ਼ਰੂਰ ਮਦਦ ਕਰਨਗੇ ਜੀ ਤੇ ਬਾਬਾ ਜੀ ਆਪਾਂ ਕੀ ਕਰਦੇ ਹਾਂ ਆਪਾਂ ਮੈਂ ਗ੍ਰੰਥੀ ਸਿੰਘ ਹਾਂ ਪਿੰਡ ਪੰਡਰਾਲੀ ਚ ਅੱਛਾ ਜੀ ਪਿੰਡ ਅਤਾਪੁਰ ਮੇਰੀ ਰਹਿਣ ਠੀਕ ਹੈ ਜੀ ਠੀਕ ਹੈ ਜੀ ਪਿੰਡ ਪੰਡਰਾਲੀ ਵਿਖੇ ਮੈਂ ਗ੍ਰੰਥ ਸਿੰਘ ਦੀ ਡਿਊਟੀ ਕਰਦਾ 5000 ਰੁਪਏ ਮੇਰੀ ਤਨਖਾਹ ਹੈ ਓਹੋ ਬਾਬਾ ਜੀ 5000 ਨਾਲ ਕੋਈ ਹੋਰ ਨਹੀਂ ਕੋਈ ਕਮਾਈ ਸਾਧਨ ਹੈਗਾ ਜੀ ਨਹੀਂ ਜੀ ਮਾਤਾ ਪਿਤਾ ਬਜ਼ੁਰਗ ਨੇ ਜੀ ਪਹਿਣਾ ਦੋਈ ਬਈ ਮੈਂ ਇਕੱਲਾ ਐਵੇਂ ਅੱਛਾ ਅੱਛਾ ਠੀਕ ਹੈ ਬਾਬਾ ਜੀ ਤੇ ਬਾਬਾ ਜੀ 5000 ਨਾਲ ਘਰ ਦਾ ਗੁਜ਼ਾਰਾ ਕਰਦੇ ਆ ਜੀ ਹਾਂਜੀ ਉਹਦੇ ਨਾਲ ਕਰਦੇ ਸੀ ਓਹੋ ਬਹੁਤ ਮਾੜਾ ਹੋਇਆ ਜੀ ਵਾਹਿਗੁਰੂ ਵਾਹਿਗੁਰੂ ਤੇ ਸੰਗਤ ਜੀ ਦੇਖੋ ਜੀ ਬਾਬਾ ਜੀ ਵਿਚਾਰੇ ਗ੍ਰੰਥੀ ਸਿੰਘ ਪਿੰਡ ਪੰਡਰਾਲੀ ਦੇ ਵਿੱਚ ਬਤੌਰ ਡਿਊਟੀ ਨਿਭਾ ਰਹੇ ਨੇ ਤੇ ਇੱਕੋ ਕਮਰਾ ਸੀਗਾ ਰਹਿਣ ਵਾਸਤੇ ਆ ਦੇਖ ਲਓ ਤੁਸੀਂ ਕੀ ਹਾਲ ਹੋਇਆ ਜੋ ਵੀ ਸਮਾਨ ਸੀਗਾ ਸਾਰਾ ਸੜ ਕੇ ਬੈੱਡ ਹੋ ਗਏ ਜੋ ਵੀ ਹੈਗਾ ਸਾਰਾ ਸੜ ਕੇ ਸਵਾਹ ਹੋ ਗਿਆ ਜੀ ਤੇ ਦਾਨੀ ਸੱਜਣ ਬਹੁਤ ਨੇ ਮੇਰੇ ਵੀਰ ਜ਼ਰੂਰ ਬਾਬਾ ਜੀ ਦੀ ਮਦਦ ਕਰੋ ਥੋੜੇ ਥੋੜਾ ਬਹੁਤੇ ਤੋਂ ਬਹੁਤਾ ਜ਼ਰੂਰ ਮਦਦ ਕਰਿਓ ਮੇਰੇ ਵੀਰ ਕੋਈ ਨਾ ਬਾਬਾ ਜੀ ਤੁਸੀਂ ਆਪਣਾ ਹੌਸਲਾ ਛੱਡੋ ਠੀਕ ਹੈ ਕਿ ਨਹੀਂ ਜ਼ਰੂਰ ਆਪਣਾ ਮਦਦ ਕਰਨਗੇ ਅਸੀਂ ਪਿੰਡ ਵੱਲੋਂ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਡੀ ਮਦਦ ਹੋ ਸਕੇ ਭਾਈ ਸਾਹਿਬ ਭਾਈ ਹਰਦੀਪ ਸਿੰਘ ਗ੍ਰੰਥ ਸਿੰਘ ਸੀ ਜੋ ਆਪਣੀ ਰੋਜ਼ੀ ਰੋਟੀ ਕਰ ਗੁਰਦੁਆਰਾ ਸਾਹਿਬ ਕੰਮ ਕਰਦੇ ਸੀ ਰਾਤ ਅਚਨਚੇਤ ਜੋ ਹਾਦਸਾ ਹੋਇਆ ਆ ਜੋ ਬਹੁਤ ਹੀ ਭਿਆਨਕ ਆ ਜੋ ਇੱਕੋ ਹੀ ਕਮਰਾ ਸੀ ਰਹਿਣ ਵਾਲਾ ਆਪ ਨੂੰ ਜਾਣਦੇ ਹੋ ਤੁਸੀਂ ਗ੍ਰੰਥ ਸਿੰਘ ਦੀ ਕਿੰਨੀ ਕੁ ਕਮਾਈ ਹੁੰਦੀ ਆ ਅਤੇ ਕਿਵੇਂ ਰੋਜ਼ੀ ਰੋਟੀ ਘਰ ਦਾ ਜੋ ਸਰਕਲ ਹੀ ਮਸਾ ਚੱਲਦਾ ਆ ਅਤੇ ਜੋ ਹਾਦਸਾ ਹੋਇਆ ਇਹਦੇ ਵਿੱਚ ਅਸੀਂ ਆਪਾਂ ਸਾਰੇ ਸੰਗਤਾਂ ਨੂੰ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਨੂੰ ਹੋਰ ਸਾਰੇ ਸੰਪਰਦਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਆਪ ਜ਼ਰੂਰ ਇਸ ਦੀ ਮਦਦ ਕਰੋ ਕਿਉਂਕਿ ਮਕਾਨ ਪਾਉਣਾ ਅੱਜ ਕੱਲ੍ਹ ਬਹੁਤ ਵੱਡੀ ਕਾਮਯਾਬੀ ਹੁੰਦੀ ਆ ਅਤੇ ਬੰਦੇ ਦੀ ਜ਼ਿੰਦਗੀ ਲੰਘ ਜਾਂਦੀ ਆ ਪਾਠੀ ਸਿੰਘ ਦਾ ਤੁਹਾਨੂੰ ਪਤਾ ਕਿੰਨਾ ਬੁਰਾ ਹਾਲ ਆ ਅਤੇ ਕਮਾਈ ਕਿਹੜੀ ਆ ਇਸ ਕਰਕੇ ਸਾਰੇ ਜਥੇਬੰਦੀਆਂ ਨੂੰ ਸੰਗਤਾਂ ਨੂੰ ਜੋ NRI ਵੀਰ ਨੇ ਦਿਸਾਂ ਦਿਸਾਂ 'ਚ ਇਹ ਵੀਡੀਓ ਦੇਖ ਰਹੇ ਨੇ ਜਾਂ ਪਾਠੀ ਸਿੰਘ ਕੋਈ ਵੀ ਆ ਕੋਈ ਵੀ ਇਹ ਭਾਈ ਸੇਵਾ ਦੇ ਵਿੱਚ ਵੱਧ ਤੋਂ ਵੱਧ ਜਦ ਮਦਦ ਕਰੋ ਅਤੇ ਆਪ ਦੇਖਣ ਦੇ ਯੋਗ ਹੋ ਆਪ ਸਾਰੇ ਪਿੱਛੇ ਵੀਡੀਓ ਦੇਖੀ ਆ ਕਿੰਨਾ ਹਾਲਤ ਆ ਕਿੰਨੇ ਸਾਜ਼ ਸੀ ਇੱਧਰ ਉਹ ਵੀ ਸੜ ਕੇ ਸਵਾਹ ਹੋ ਗਏ ਨੇ ਅਤੇ ਹੋਰ ਵੀ ਜੋ ਵਿਚਾਰੇ ਨੇ ਮਾੜਾ ਮੋਟੀ ਰੋਜ਼ੀ ਰੋਟੀ ਕਮਾਈ ਇਕੱਠੀ ਕੀਤੀ ਸੀ ਮਾਇਆ ਰੱਖੀ ਸੀ ਰਾਤ ਮੈਂ ਫੋਨ ਕੀਤਾ ਇਹਨਾਂ ਨੂੰ ਅਤੇ ਇਹ ਕਹਿੰਦੇ ਫਤਿਹਗੜ੍ਹ ਸਾਹਿਬ ਆਏ ਹੋਏ ਹਾਂ
ਤੇ ਕਹਿੰਦੇ ਪਰਿਵਾਰ ਨੂੰ ਲੈ ਕੇ ਉਦੋਂ ਬਾਅਦ ਜੇ ਹਾਦਸਾ ਰੱਬ ਹੀ ਜਾਣਦਾ ਕਿਵੇਂ ਹੋਇਆ ਤੇ ਜੋ ਇਹਨਾਂ ਨੇ ਕੋਈ ਗੱਡੀ ਸੀ ਇਹਨਾਂ ਕੋਲ ਚੱਲ ਮਾੜਾ ਮਾੜਾ ਵਹੀਕਲ ਸੀਗਾ ਉਹ ਵੇਚਿਆ ਸੀ ਉਹਦੀ ਮਾਇਆ ਵੀ ਉੱਥੇ ਰੱਖੀ ਸੀ ਸਾਹਮਣੇ ਤੇ ਉਹ ਸੜ ਕੇ ਸਵਾਹ ਹੋ ਗਈ ਆ ਲਗਭਗ ਬਾਬਾ ਜੀ ਕਿੰਨੀ ਕੁ ਮਾਇਆ ਸੀਗੀ ਜੀ ਉਹ ਗੱਡੀ ਦੀ 1.5 ਲੱਖ ਰੁਪਇਆ ਸੀਗਾ ਜੀ ਤੇ ਉਹ ਤੁਹਾਨੂੰ ਵੀਡੀਓ ਫੋਟੋ ਵੀ ਦਿਖਾ ਦਾਂਗਾ ਵਿੱਚ ਇਹਦੀਆਂ ਤੇ ਆਹ ਦੇਖੋ ਧਿਆਨ ਨਾਲ ਦੇਖੋ ਆਹ ਨੋਟਾਂ ਦੀ ਗੱਤੀ ਪਈ ਸਾਡੇ ਸਾਹਮਣੇ ਨਜ਼ਰ ਆ ਰਹੀ ਆ ਜੀ ਜਦੋਂ ਰਾਤ ਮੈਂ 9 ਵਜੇ ਇਹਨਾਂ ਨੂੰ ਫੋਨ ਕੀਤਾ ਹੈਗਾ ਫਤਿਹਗੜ੍ਹ ਸਾਹਿਬ ਅਸੀਂ ਆਏ ਹੋਏ ਹਾਂ ਅਤੇ ਹੁਣੇ ਮੈਂ ਦੁਬਾਰਾ ਫਿਰ ਫੋਨ ਕੀਤਾ ਮੈਂ ਸਾਹਿਬਜ਼ਾਦੇ ਸੇਵਾ ਦਲ ਮੁੱਖ ਪ੍ਰਚਾਰਕ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਅਤੇ ਜੋ ਸਾਹਿਬਜ਼ਾਦੇ ਸੇਵਾ ਦਲ ਵੱਲੋਂ ਗੁਰਿੰਦਰ ਕੁਲਵੰਤ ਸਿੰਘ ਵੱਲੋਂ ਅਸੀਂ ਪਿੰਡਾਂ 'ਚ ਪ੍ਰਚਾਰ ਕਰ ਰਹੇ ਹਾਂ ਇਹਨਾਂ ਦੇ ਅਸੀਂ ਪ੍ਰਚਾਰ ਦੇ ਤੌਰ 'ਤੇ ਫਿਲਮ ਦਿਖਾ ਕੇ ਗਏ ਅਤੇ ਪ੍ਰਚਾਰ ਕੀਤਾ ਅਤੇ ਸਾਡਾ ਰਿਮੋਟ ਇਹਨਾਂ ਕੋਲ ਰਹਿ ਗਿਆ ਸੀ ਮੈਂ ਕੁਦਰਤੀ ਫੋਨ ਕੀਤਾ ਮੈਂ ਰਿਮੋਟ ਇਹਨਾਂ ਨੇ ਦੱਸਿਆ ਕਹਿੰਦੇ ਸਾਡੇ ਤਾਂ ਕਹਿੰਦਾ ਬਾਬਾ ਜੀ ਛੱਤ ਸੀ ਉਹ ਵੀ ਕਹਿੰਦੇ ਸਿਰ ਤੋਂ ਚਲੇ ਗਈ ਆਹ ਦੇਖੋ ਇੰਨਾ ਭਿਆਨਕ ਹਾਦਸਾ ਹੋਇਆ ਗਾਡਰ ਵੀ ਵਿੰਗੇ ਹੋ ਗਏ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ NRI ਵੀਰਾਂ ਨੂੰ ਅੱਜ ਆਪਾਂ ਸਾਰੇ ਹੀ ਪਾਠੀ ਸਿੰਘਾਂ ਕੋਲ ਅਰਦਾਸਾਂ ਕਰਿਆ ਕੈਨੇਡਾ ਅਮਰੀਕਾ ਇੰਗਲੈਂਡ ਜਾਂਦੇ ਹਾਂ ਨਾ ਅੱਜ ਤੁਸੀਂ ਪਾਠੀ ਸਿੰਘਾਂ ਦੀ ਵੀ ਬਾਤ ਪੁੱਛੋ ਤੁਹਾਨੂੰ ਮਹਾਰਾਜ ਡਾਲਰਾਂ ਦੇ ਵਿੱਚ ਯੂਰਾਂ ਦੇ ਵਿੱਚ ਇਹ ਬਖਸ਼ਿਸ਼ ਕੀਤੀ ਆ ਪਰ ਪਾਠੀ ਸਿੰਘਾਂ ਦੀ ਸਾਰ ਲਓ ਇਹ ਮੇਰੀ ਬੇਨਤੀ ਪ੍ਰਵਾਨ ਕਰੋ ਜਥੇਬੰਦੀਆਂ ਨੂੰ ਸੰਪਰਦਾਵਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜ਼ਰੂਰ ਭਾਈ ਪਾਠੀ ਸਿੰਘਾਂ ਦੀ ਮਦਦ ਕਰੋ ਖਾਸ ਕਰਕੇ ਭਾਈ ਹਰਦੀਪ ਸਿੰਘ ਨਾਲ ਜੋ ਹਾਦਸਾ ਹੋਇਆ ਅਤੇ ਬਹੁਤ ਹੀ ਤਰਸਯੋਗ ਹਾਲਤ ਆ ਹੁਣ ਸਿਰ 'ਤੇ ਛੱਤ ਵੀ ਨਹੀਂ ਰਹੀ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਬਈ ਇਹ ਜ਼ਰੂਰ ਗਰੀਬ ਦੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।